हाँ जी दोस्तों, वीडियो देख रहे सारे वीरां नूं प्यार भरी सत श्री अकाल। मैं थोड़ा अपना सुखी शेरगिल ते इह वीडियो देख रहे हो तुसीं साडे फेसबुक पेज अते यूट्यूब चैनल पंजाब पैदावार ते। दोस्तों अज मैं पहुंचिया होया पिंड बुरज ढलवां दे विच, जिहड़ा कि मानसा तों 19-20 किलोमीटर दे तकरीबन पै जांदा। जिहड़ा इह एरिया इत्थों जिहड़ी नरमा बेल्ट है उह स्टार्ट हो जांदी है। मान लो जिवें तुसीं देख सकदे हो वी पहला नरमा जिमें सीधे उरे कढ के लाया जाता सीगा, पर हुण जिमें जिमें तकनीक बदलती हैगी तो उस हिसाब से नरमा जिहड़ा उह बैडां दे उत्ते लगन लग गया। जिमें वीडियो दे विच तुसीं देख रहे हो इत्थे बुरज ढलवां दे विच मैं साबका सरपंच शेर सिंह जी कोले पहुंचिया होया हैगा। हाँ जी सरपंच साहब, मैनूं इक तुसीं इह जानकारी दिओ वी जिहड़ा तुसीं नरमा लाया है इह किहड़ी वैरायटी है जी? ਇਹ ਹੈ ਜੀ ਰਾਛੀ ਵਾਲਿਆਂ ਦਾ ਜੀ, ਇਹ 773 ਨਰਮਾ ਜੀ, ਰਾਸੀ ਕੰਪਨੀ ਦਾ। ਹਾਂਜੀ ਰਾਸੀ ਕੰਪਨੀ ਦਾ 773 ਜੀ। ਠੀਕ ਹੈ। ਹਾਂਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਮੰਨ ਕੇ ਲਓ ਵੀ ਨਰਮਾ ਲਾਉਂਦਿਆਂ ਨੂੰ? ਸਾਨੂੰ ਤਾਂ ਤਕਰੀਬਨ ਪਹਿਲਾਂ ਤੋਂ ਹੀ ਲਾਉਣਾ ਜੀ, 15-20 ਸਾਲ ਹੋ ਗਏ ਜੀ। ਠੀਕ ਹੈ। ਹਾਂਜੀ ਇਹ ਕੰਪਨੀਆਂ ਬਦਲਦੀਆਂ ਰਹਿੰਦੀਆਂ ਨਰਮੇ ਦੀਆਂ। ਐਤਕੀ ਅਸੀਂ ਇਹ ਲਾਇਆ ਜੀ, ਪਿਛਲੇ ਸਾਲ ਵੀ 12 ਕਿੱਲੇ ਇਸੇ ਨਰਮੇ ਦੀ ਸੀਗੀ ਜੀ। ਠੀਕ ਹੈ ਜੀ। ਹਾਂਜੀ ਤੇ ਵੀ ਜਿਵੇਂ ਜਦੋਂ ਨਰਮਾ ਬੀਜਦੇ ਹੋ, ਹਾਂਜੀ ਵੀ ਉਦੋਂ ਬੀਜਣ ਵੇਲੇ ਇਹਦੇ ਥੱਲੇ ਕੀ ਖਾਦ ਵਗੈਰਾ ਪਾਉਣੀ? ਇਹਦੇ ਵਿੱਚ ਅਸੀਂ DAP ਦੀ ਇੱਕ ਬੋਰੀ ਸੁੱਟ ਦਿੰਦੇ ਹਾਂ ਜੀ। ਠੀਕ ਹੈ। ਪੋਟਾਸ ਤੇ ਸੋਪਰ ਵਗੈਰਾ ਇਹ ਸਿੱਟ ਕੇ ਬਸ ਮਾਰ ਕੇ ਸਾਗਾ ਤੇ ਪਾ ਕੇ ਬੱਟਰ ਲਾ ਦਿੰਦੇ ਹਾਂ। ਠੀਕ ਹੈ। ਉਦੋਂ ਬਾਅਦ ਤੋਂ ਲੈ ਕੇ ਹੁਣ ਤੱਕ ਜਿਵੇਂ ਆਪਾਂ ਦੇਖੀਏ ਵੀ ਇਹਨੂੰ ਟਿੰਡੇ ਲੱਗੇ ਪੈਣੇ ਹੁਣ? ਹਾਂਜੀ ਹਾਂਜੀ। ਤੇ ਵੀ ਉਦੋਂ ਬਾਅਦ ਤਾਕਤ ਵਾਲੀਆਂ ਸਪਰੇਹਾਂ ਕਰਦੇ ਹੋ ਜਾਂ ਤੇਲੇ ਵਾਲਾ ਵਗੈਰਾ? ਹਜੇ ਤੱਕ ਇਹਦੇ ਇੱਕ ਸਪਰੇਹ ਹੋਈ ਹੈ ਜੀ ਇਕੱਲੀ। ਅੱਛਾ ਜੀ। ਉਹ ਆ ਤੇਲੇ ਵਾਸਤੇ ਤੇ ਚਿੱਟਾ ਆਪਣਾ ਸਰਦਈ ਜਾਂ ਮੱਛਰ ਸੀ ਹਰਾ ਜਾਂ। ਠੀਕ ਹੈ। ਹੋਰ ਕੁਝ ਨਹੀਂ ਕੀਤਾ ਜੀ ਇਹਦੇ ਤੇ ਅਸੀਂ। ਠੀਕ ਹੈ ਜੀ। ਹਾਂਜੀ ਦੁਬਾਰਾ ਸਪਰੇਹ ਹੁਣ ਕੱਲ ਤੋਂ ਸਟਾਰਟ ਹੈ। ਠੀਕ ਹੈ। ਠੀਕ ਹੈ। ਮੈਨੂੰ ਇਹ ਗੱਲ ਦੱਸੋ ਵੀ ਜਿਵੇਂ ਆਪਾਂ ਇਹ ਦੇਖਦੇ ਆ ਵੀ ਬੈੱਡ ਬਣਾਏ ਹੋਏ ਨੇ ਤੁਸੀਂ, ਹੈਨਾ? ਹਾਂਜੀ। ਵੀ ਇਹ ਬੈੱਡਾਂ ਤੇ ਬਣਾਉਣ ਦਾ ਕੀ ਕਾਰਨ? ਜਿਵੇਂ ਵੀ ਪਹਿਲਾਂ ਤਾਂ ਲੋਕ ਮਸ਼ੀਨ ਨਾਲ ਸਿੱਧਾ ਬੀਜ ਦਿੰਦੇ ਸੀਗੇ। ਇਹਦਾ ਇਹ ਕਾਰਨ ਹੈ ਜਿਵੇਂ ਹੁਣ ਇਹ ਜੀਰੀ ਵਾਲੇ ਬਹਾਨੇ ਜੀ। ਹਾਂਜੀ। ਇਹ 'ਚ ਨਰਮਾ ਵਧੀਆ ਵੱਧ ਜਾਂਦਾ ਜਦੋਂ ਫਲ ਫੁੱਲ ਚੱਕ ਜਾਂਦੇ, ਟਿੰਡੇ ਲੱਗ ਜਾਂਦੇ। ਡਾਕਰ ਬਹਾਨੇ ਜਾਨ ਵਾਲੇ ਡਾਕਰ ਬਹਾਨ। ਹਾਂਜੀ ਜਾਨ ਜ਼ਿਆਦੇ ਹੈ। ਫਿਰ ਇਹ ਉਦੋਂ ਜਦੋਂ ਕੋਈ ਮੀਂਹ ਵਗੈਰਾ ਆਉਂਦਾ ਚਖੇੜਾ ਉਦੋਂ ਡਿੱਗ ਪੈਂਦੇ ਜੀ, ਨਰਮਾ ਡਿੱਗ ਪੈਂਦਾ ਜੀ। ਹਾਂ ਹੁਣ ਇਹ ਬੈੱਡ ਬਣਾਏ ਹੋਏ ਜੀ, ਹੁਣ ਇਹ ਡਿੱਗਦਾ ਨਹੀਂ ਜੀ, ਤਾਂ ਕਰਕੇ ਫਿਰ ਨਹੀਂ ਡਿੱਗ ਕੇ ਥੱਲੋਂ ਖਰਾਬ ਹੋ ਜਾਂਦੇ ਜੀ ਸਾਰਾ। ਠੀਕ ਹੈ। ਹਾਂਜੀ ਮੰਨ ਲਓ ਜਿਵੇਂ ਇਹ ਬੈੱਡ ਬਣਾ ਕੇ ਤਾਂ ਕਿਹੜੀ ਮਸ਼ੀਨ ਨਾਲ ਉਹ ਕਰਦੇ ਹੋ ਜੀ? ਇਹ ਆਮ ਮਸ਼ੀਨ ਹੈ ਸਾਡੇ ਇੱਥੇ ਪਿੰਡ ਦੇ ਵਿੱਚ ਜੀ, ਉਹਦੇ ਨਾਲ ਬੈੱਡ ਬਣਾ ਲੈਣ, ਜਿਹੜੀ ਨਾ ਆਪਾਂ ਆਲੂਆਂ ਵਾਲੀਆਂ ਬੱਟਾਂ ਪਾਉਂਦੇ ਹਾਂ ਕਹਿੰਦੇ, ਉਹ ਸੈਟਿੰਗ ਕਰ ਲੈਂਦੇ ਹਾਂ ਜੀ ਅਸੀਂ। ਅੱਛਾ ਉਹਨੂੰ ਖੁੱਲ੍ਹੇ ਕਰ? ਹਾਂਜੀ ਉਹਨੂੰ ਖੁੱਲ੍ਹੇ ਕਰ ਲੈਂਦੇ ਹਾਂ ਵੀ ਸੀਲਣ ਦੇ ਹਿਸਾਬ ਤੇ, ਹਲਾਂ ਦੇ ਹਿਸਾਬ ਤੇ। ਠੀਕ ਬਸ ਉਹ ਬਣਾ ਕੇ ਜੀ ਉੱਤੇ ਲਾ ਦਿੰਦੇ ਹਾਂ ਜੀ। ਠੀਕ ਹੈ। ਹਾਂਜੀ ਤੇ ਵੀ ਇਸ ਤੋਂ ਬਾਅਦ ਮੰਨ ਕੇ ਲਓ ਵੀ ਜਿਹੜਾ ਨਰਮੇ ਚਗਾਈ ਦਾ ਕੰਮ ਆ ਵੀ ਉਹ ਕਿੰਨੇ ਕੁ ਦਿਨਾਂ ਤੱਕ ਸ਼ੁਰੂ ਹੋ ਜਾਣਾ ਜੀ ਤੁਹਾਡੇ ਹਿਸਾਬ ਨਾਲ? ਐਸਾ ਹੁੰਦਾ ਸਾਡੇ ਬਸ ਇੱਕ ਮਹੀਨੇ ਦੇ ਅੰਦਰ ਅੰਦਰ ਜੀ ਆ ਸਾਰੇ ਥੱਲਿਓਂ ਦੇਖੋ ਖਿੰਡੇ ਪਏ ਨਾ। ਹਾਂਜੀ ਹਾਂਜੀ ਇਹ ਚਗਾਈ ਸ਼ੁਰੂ ਹੋ ਜੂ, ਵੈਸੇ ਤਾਂ ਫੁੱਲ ਤਾਂ ਉਦੋਂ ਬਾਅਦ ਹੀ ਹੋਊਗੀ। ਠੀਕ ਫਿਰ ਥੱਲੜੇ ਟਿੰਡੇ ਜਿਹੜੇ ਸਾਰੇ ਫੜਨੇ ਪੈਂਦੇ ਆ ਵੀ ਜਿਹੜੇ ਪਹਿਲੇ ਟਿੰਡੇ? ਹਾਂਜੀ ਹਾਂ ਪਹਿਲੇ ਟਿੰਡੇ ਲੱਗੇ ਪਏ, ਪਹਿਲਾ ਫਲ ਹੈ ਇਹ ਚੁਗਣਾ ਪਊਗਾ ਜੀ ਹੁਣ। ਠੀਕ ਹੈ ਜੀ। ਹਾਂਜੀ ਤੇ ਜਿਵੇਂ ਮੰਨ ਕੇ ਚੱਲੀਏ ਵੀ ਤੁਸੀਂ ਇਹ ਤੋਂ ਬਿਨਾਂ ਹੋਰ ਕਾਹਦੀ ਕਾਹਦੀ ਖੇਤੀ ਕਰਦੇ ਹੋ ਜੀ? ਅਸੀਂ ਹੋਰ ਖੇਤੀ ਕਰਦੇ ਹਾਂ ਜੀ ਆਪਣਾ ਜੀਰੀ ਦੀ। ਠੀਕ ਹੈ। ਤੇ ਐਤਕੀ ਇੱਕ ਟਰੈਲ ਲਾਇਆ ਜੀ ਅਸੀਂ ਸੋਇਆਬੀਨ ਦਾ। ਠੀਕ ਹੈ ਜੀ। ਹਾਂਜੀ ਤੇ ਮੰਨ ਲਓ ਨਰਮਾ ਹੋ ਗਿਆ ਤੇ ਸੋਇਆਬੀਨ ਦਾ ਟਰਾਇਲ ਹੋ ਗਿਆ, ਸੋਇਆਬੀਨ ਨਾਲ ਕਿੰਨੇ ਸਮਾਂ ਚਲਾਇਆ ਜੀ? ਉਹ ਅਸੀਂ ਲਾਇਆ ਜੀ 2 ਏਕੜ ਦਾ ਨੇੜ ਹੋਊਗਾ ਜੀ। ਅੱਛਾ 2 ਏਕੜ ਦਾ? ਹਾਂਜੀ ਨੇੜ ਹੋਊਗਾ। ਠੀਕ ਹੈ। ਹਾਂਜੀ ਮੰਨ ਕੇ ਚੱਲੋ ਵੀ ਜਿਵੇਂ ਜੇ ਆਪਾਂ ਗੱਲ ਕਰੀਏ, ਚਲੋ ਆਪਾਂ ਦੂਜੀ ਵੀਡੀਓ 'ਚ ਵੀ ਗੱਲ ਕਰਾਂਗੇ, ਜਿਵੇਂ ਨਹੀਂ ਆਪਣੇ ਕਿਸਾਨ ਕੀ ਹੁੰਦੇ ਨੇ ਨਾ ਵੀ ਰਿਸਕ ਲੈਣ ਤੋਂ ਡਰਦੇ ਹੁੰਦੇ ਆ, ਵੀ ਤੁਸੀਂ ਕੀ ਸੋਚਿਆ ਵੀ ਜਦੋਂ ਮੰਨ ਕੇ ਚੱਲੋ ਵੀ ਸੋਇਆਬੀਨ ਲਾਉਣ ਵੇਲੇ? ਇਹ ਐਂ ਬਾਈ ਜੀ, ਕੋਈ ਵੀ ਚੀਜ਼ ਆ ਜਦੋਂ ਆਪਾਂ ਨਵੀਂ ਤਕਨੀਕ ਕੱਢਾਂਗੇ ਉਹ 'ਚ ਰਿਸਕ ਵੀ ਹੋ ਸਕਦਾ, ਮੁਨਾਫਾ ਵੀ ਹੋ ਸਕਦਾ। ਜੇ ਆਪਾਂ ਇਹ ਮੰਨੀਏ ਵੀ ਰਿਸਕ ਹੀ ਹੋਊਗਾ ਫਿਰ ਤਾਂ ਖੇਤੀ ਕਰਨ ਦਾ ਫਾਇਦਾ ਕੋਈ ਨਹੀਂ ਬਾਈ। ਬਿਲਕੁਲ ਜੀ ਬਿਲਕੁਲ ਜੀ, ਕਿਉਂ ਜਿਹੜੀ ਖੇਤੀ ਹੈ ਇਹ ਤਾਂ ਖੋਜ ਦਾ ਨਾਂ ਹੈ ਨਾ? ਹਾਂਜੀ ਇਹ ਤਾਂ ਖੋਜ ਦਾ ਨਾਂ ਹੈ। ਹਾਂ ਖੇਤੀ ਦੇ ਵਿੱਚ ਨਿਤ ਨਵੀਂ ਖੋਜ ਹੋਊਗੀ। ਸੋ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੈੱਡਾਂ ਵਾਲੇ ਨਰਮੇ ਬਾਰੇ ਜਾਣਕਾਰੀ ਦਿੱਤੀ। ਅਤੇ ਜਿਹੜੀ ਗੱਲ ਆ ਗਈ ਸੋਇਆਬੀਨ ਦੀ ਖੇਤੀ ਵਾਲੀ ਵੀਰੋ, ਉਹ ਆਪਾਂ ਸਪੈਸ਼ਲੇ ਦੂਆ ਵੀਡੀਓ ਬਣਾਉਣੇ ਆਂਗੇ ਅਤੇ ਨਾਲ ਹੀ ਜੁੜੇ ਰਹੇ ਹੋ ਤੁਸੀਂ। ਧੰਨਵਾਦ ਸਾਰੇ ਵੀਰਾਂ ਦਾ।